प्यारे विद्यार्थी हो सत श्री अकाल आओ आज ਅਸੀਂ ਕਰੀਏ ਚੈਪਟਰ ਕਾਰਬਨ ਅਤੇ ਇਸ ਦੇ ਯੋਗਿਕ ਦਾ ਭਾਗ ਤੀਜਾ ਤੇ ਇਹਦੇ ਵਿੱਚ ਅੱਜ ਅਸੀਂ ਕਈ ਤਰ੍ਹਾਂ ਦੇ ਫੰਕਸ਼ਨਲ ਗਰੁੱਪ ਤੇ ਉਹਨਾਂ ਦੇ ਹੋਮੋਲੋਗਸ ਸੀਰੀਜ਼ ਜਿਹੜੇ ਨੇ ਉਹਦੇ ਬਾਰੇ ਵਿਚਾਰ ਚਰਚਾ ਕਰਾਂਗੇ ਤੇ ਆਓ ਸ਼ੁਰੂ ਕਰਦੇ ਹਾਂ ਫੰਕਸ਼ਨਲ ਗਰੁੱਪ ਹੁੰਦੇ ਕੀ ਨੇ ਵੀ ਜਿਹੜਾ ਕਾਰਬਨ ਹੈ ਉਹ ਕਈ ਤਰ੍ਹਾਂ ਦੇ ਜਿਹੜੇ ਦੂਜੇ ਐਲੀਮੈਂਟ ਨੇ ਉਹਨਾਂ ਨਾਲ ਬੌਂਡ ਬਣਾਉਂਦਾ ਜਿਦਾਂ ਨਾਈਟ੍ਰੋਜਨ ਹੈਲੋਜਨ ਆਕਸੀਜਨ ਤੇ ਸਲਫਰ ਜਦੋਂ ਕਿਸੇ ਹਾਈਡਰੋਕਾਰਬਨ ਵਿੱਚ ਇਹ ਜਿਹੜੇ ਐਲੀਮੈਂਟ ਨੇ ਇਹ ਲੱਗਦੇ ਨੇ ਤਾਂ ਉਹ ਕੀ ਕਰਦੇ ਨੇ ਇੱਕ ਜਾਂ ਇੱਕ ਤੋਂ ਜ਼ਿਆਦਾ ਹਾਈਡਰੋਜਨ ਐਟਮ ਨੂੰ ਰਿਪਲੇਸ ਕਰਦੇ ਨੇ ਯਾਨੀ ਕਿ ਹਾਈਡਰੋਕਾਰਬਨ ਵਿੱਚੋਂ ਇੱਕ ਜਾਂ ਇੱਕ ਤੋਂ ਜ਼ਿਆਦਾ ਹਾਈਡਰੋਜਨ ਐਟਮ ਨੂੰ ਕੱਢ ਕੇ ਉਹਦੀ ਜਗ੍ਹਾ ਤੇ ਇਹ ਜਿਹੜੇ ਨੇ ਐਲੀਮੈਂਟ ਇਹ ਲੱਗ ਜਾਂਦੇ ਨੇ ਇਹਨਾਂ ਨੂੰ ਅਸੀਂ ਹੈਟਰੋ ਐਟਮ ਕਹਿੰਦੇ ਆ ਤੇ ਇਹਨਾਂ ਦੇ ਕਰਕੇ ਜਿਹੜੇ ਕਾਰਬਨ ਦੇ ਯੋਗਿਕ ਹੁੰਦੇ ਨੇ ਉਹਨਾਂ ਦੀਆਂ ਜੜੀਆਂ ਕੈਮੀਕਲ ਪ੍ਰੋਪਰਟੀਆਂ ਉਹ ਵੀ ਬਦਲ ਜਾਂਦੀਆਂ ਫੰਕਸ਼ਨਲ ਗਰੁੱਪ ਹੁਣ ਹੁੰਦੇ ਕਿਹੜੇ ਕਿਹੜੇ ਨੇ ਦੇਖੋ ਇੱਕ ਤਾਂ ਆ ਗਿਆ ਹੈਲੋਜਨ ਜਿਹਦੇ ਚ ਮੇਨ ਆ ਜਾਣਗੇ ਕਲੋਰੀਨ ਤੇ ਬਰੋਮੀਨ ਠੀਕ ਹੈ ਤੇ ਜਦੋਂ ਵੀ ਕਲੋਰੀਨ ਤੇ ਬਰੋਮੀਨ ਲੱਗਣਗੇ ਹਾਈਡਰੋਜਨ ਨੂੰ ਲਾ ਕੇ ਤੇ ਆਪ ਲੱਗਣਗੇ ਜਦੋਂ ਇਹੋ ਜਿਹੇ ਜਿਹੜੇ ਯੋਗਿਕ ਨੇ ਉਹਨਾਂ ਦਾ ਅਸੀਂ ਨਾਮ ਦੇਣਾ ਹੋਵੇ ਤਾਂ ਆਪਾਂ ਪ੍ਰੀਫਿਕਸ ਯਾਨੀ ਕਿ ਅਗੇਤਰ ਲਾਵਾਂਗੇ ਯਾਨੀ ਕਿ ਜੇ ਕਿਸੇ ਹਾਈਡਰੋਕਾਰਬਨ ਦੇ ਨਾਲ ਕਲੋਰੀਨ ਬਰੋਮੀਨ ਲੱਗਾ ਤੇ ক্লোরোব্রোমো 87 ਵਜੋਂ ਲੱਗੂਗਾ ਜੇ ਸਪੋਜ਼ ਕਰ ਲਓ ਵੀ ਇਥੀਨ ਆ ਇਥੀਨ ਦੇ ਨਾਲ ਇੱਕ ਕਲੋਰিন ਲੱਗ ਗਿਆ ਉਹਦਾ ਨਾਮ ਬਣਜੂ ক্লোਰੋ ਇਥੀਨ ਜੇ ਇਥੀਨ ਦੇ ਨਾਲ ਬਰੋਮੀਨ ਲੱਗ ਗਿਆ ਤਾਂ ਉਹਦਾ ਨਾਮ ਬਣਜੂ ਬਰੋਮੋ ਇਥੀਨ ਲੇਕਿਨ ਜੇ ਐਦਾਂ ਦੇ ਫੰਕਸ਼ਨਲ ਗਰੁੱਪ ਲੱਗੇ ਆ ਜਿੱਦਾਂ ਐਲਕੋਹਲ ਲੱਗਾ ਐਲਡੀਹਾਈਡ ਕੀਟੋਨ ਤੇ ਕਾਰਬੋਕਸਿਲਿਕ ਐਸਿਡ ਤਾਂ ਫਿਰ ਇਹਨਾਂ ਦੇ ਜਿਹੜੇ ਨਾਮ ਹੁੰਦੇ ਨੇ ਉਹ ਪਿਛੇਤਰ ਦੀ ਤਰ੍ਹਾਂ ਲੱਗਦੇ ਆ ਜਿੱਦਾਂ ਕਿ ਆ ਦੇਖੋ ਸਾਡੇ ਕੋਲ ਇੱਕ ਇਥੀਨ ਆ ਜਿਹਦਾ ਫਾਰਮੂਲਾ ਕੀ ਹੁੰਦਾ ਮੋਲੀਕੂਲਰ ਫਾਰਮੂਲਾ C2H6 ਜੇ ਇਹਦੇ ਨਾਲ ਇੱਕ ਐਲਕੋਹਲ ਲੱਗ ਗਿਆ OH ਲੱਗ ਗਿਆ ਇਹਦਾ ਫਾਰਮੂਲਾ ਬਣ ਗਿਆ C2H5OH ਕਿਉਂਕਿ ਇੱਕ ਹਾਈਡਰੋਜਨ ਨੂੰ ਇੰਨੇ ਰਿਪਲੇਸ ਕਰ ਦਿੱਤਾ ਹੁਣ ਪਹਿਲਾਂ ਇਹਦਾ ਨਾਮ ਸੀਗਾ ਇਥੀਨ ਹੁਣ ਅਸੀਂ ਕੀ ਕਰਨਾ ਵੀ ਇਹਦਾ ਨਾਮ ਕਿੱਦਾਂ ਆਪਾਂ ਫੰਕਸ਼ਨਲ ਗਰੁੱਪ ਦੇ ਅਕੋਰਡਿੰਗਲੀ ਰੱਖਾਂਗੇ ਵੀ ਇਥੀਨ ਦੇ ਪਿੱਛੇ ਜਿਹੜਾ E ਲੱਗਾ ਹੋਇਆ ਨਾ ਵਰਡ ਇਹਨੂੰ ਅਸੀਂ ਲਾ ਦੇਣਾ ਇਨੂੰ ਲਾ ਕੇ ਕੀ ਬਣ ਗਿਆ ਇਥੈਨ ਹੁਣ ਹੁੰਦਾ ਕੀ ਵੀ ਜਦੋਂ ਅਲਕੋਹਲ ਲੱਗਦਾ ਤਾਂ ਇਹਦੇ ਲਈ ਪਛੇਤਰ ਹੁੰਦਾ ਓਲ ਓਲ ਲੱਗ ਜਾਊਗਾ ਇਥੈਨ ਪਲੱਸ ਓਲ ਇਥੈਨੋਲ ਬਣ ਜਾਊਗਾ ਇਸੇ ਤਰ੍ਹਾਂ ਹੀ ਜੇ ਐਲਡੀਹਾਇਡ ਲੱਗਾ ਤਾਂ ਫਿਰ ਓਲ ਦੀ ਜਗ੍ਹਾ ਤੇ ਕੀ ਲੱਗੂ ਐਲ ਲੱਗੂ ਜੇ ਕਟੋਨ ਹੋਵੇ ਤਾਂ ਉਹਦੇ ਚ ਪਛੇਤਰ ਲੱਗਦਾ ਓਨ ਜੇ ਕਾਰਬੋਕਸਿਲਿਕ ਐਸਿਡ ਯਾਨੀ ਕਿ ਸੀਓਓਐਚ ਗਰੁੱਪ ਲੱਗਾ ਹੋਇਆ ਤਾਂ ਫਿਰ ਪਛੇਤਰ ਲੱਗਦਾ ਓਇਕ ਐਸਿਡ ਸੋ ਇਦਾਂ ਇਹਨਾਂ ਦੇ ਜਿਹੜੇ ਨਾਮ ਨੇ ਉਹ ਰੱਖੇ ਜਾਂਦੇ ਨੇ ਯਾਨੀ ਕਿ ਜਦੋਂ ਅਸੀਂ ਨਾਮ ਰੱਖਣਾ ਕਿਸੇ ਵੀ કાર્ਬਨ ਦੇ ਯੋਗਿਕ ਦਾ ਪਹਿਲਾਂ ਅਸੀਂ ਦੇਖਣਾ ਵੀ ਕਾਰਬਨ ਦਾ ਨੰਬਰ ਕਿੰਨਾ ਯਾਨੀ ਕਿ ਕਿੰਨੇ ਕਾਰਬਨ ਦੇ ਐਟਮ ਲੱਗੇ ਆ ਫਿਰ ਅਸੀਂ ਦੇਖਣਾ ਵੀ ਅੱਗੇ ਅਗੇਤਰ ਲੱਗੂ ਕਿ ਪਿਛੇਤਰ ਲੱਗੂ ਜੇ ਕੋਈ ਫੰਕਸ਼ਨਲ ਗਰੁੱਪ ਲੱਗਾ ਤਾਂ ਜਿੱਦਾਂ ਜੇ ਕਲੋਰੀਨ ਬ੍ਰੋਮੀਨ ਲੱਗਾ ਤਾਂ ਆਪਾਂ ਅਗੇਤਰ ਲਾਉਣਾ ক্লোਰੋ ਤੇ ਬ੍ਰੋਮੋ ਤੇ ਜੇ ਲੱਗੇ ਨੇ ਐਲਡੀਹਾਇਡ ਕੀਟੋਨ ਐਲਕੋਹਲ ਕਾਰਬੋਕਸਿਲਿਕ ਐਸਿਡ ਫਿਰ ਅਸੀਂ ਪਿਛੇਤਰ ਲਾਉਣੇ ਆ ਉਹਦੇ ਲਈ ਵੀ ਅਸੀਂ ਕੀ ਕਰਨਾ ਜਿੱਦਾਂ ਕਿ ਜਿਹੜਾ ਕਾਰਬਨ ਦੀ ਚੇਨ ਦਾ ਨਾਮ ਹੈਗਾ ਉਹਦੇ ਵਿੱਚੋਂ ਜਿਹੜਾ ਈ ਵਰਡ ਕੱਢ ਦੇਣਾ ਤੇ ਉਹਦੇ ਪਿੱਛੇ ਜਿਹੜਾ ਹੈਗਾ ਅਸੀਂ ਸਫਿਕਸ ਲਾਉਣਾ ਪਿਛੇਤਰ ਲਾਉਣਾ ਇਹ ਡਿਪੈਂਡ ਕਰੋ ਵੀ ਕਿਹੜਾ ਫੰਕਸ਼ਨਲ ਗਰੁੱਪ ਲੱਗਾ ਆਪਾਂ ਐਗਜ਼ਾਮਪਲ ਲੈ ਕੇ ਗੱਲ ਕਰਦੇ ਜਿੱਦਾਂ ਸਾਡੇ ਕੋਲ ਸਪੋਜ਼ ਕਰ ਲਓ ਵੀ ਤਿੰਨ ਕਾਰਬਨ ਚੇਨ ਆ ਇਹਦਾ ਨਾਮ ਹੁੰਦਾ ਪ੍ਰੋਪੇਨ ਇਹਦਾ ਈ ਮਾਈਨਸ ਕਰ ਦੇਣਾ ਪ੍ਰੋਪੇਨ ਚੋਂ ਈ ਮਾਈਨਸ ਕਰ ਦੋ ਕੀ ਬਣਜੂ ਪ੍ਰੋਪੈਨ ਬਣਜੂ ਜੀ ਇਹਦੇ ਪਿੱਛੇ ਕੀ ਟੋਨ ਲੱਗਾ ਤੇ ਸਫਿਕਸ ਯਾਨੀ ਕਿ ਪਿਛੇਤਰ ਕੀ ਲੱਗਣਾ ਓਨ ਇਹਦਾ ਨਾਮ ਬਣਜੂ ਪ੍ਰੋਪੀਨੋਨ ਜੇ ਇਹਦੇ ਪਿੱਛੇ ਲੱਗਾ ਹੋਵੇ ਕੋਈ ਹੋਰ ਤਾਂ ਉਹਦੇ ਹਿਸਾਬ ਨਾਲ ਫੰਕਸ਼ਨਲ ਗਰੁੱਪ ਦੇ ਹਿਸਾਬ ਨਾਲ ਫਿਰ ਅੱਗੋਂ ਪਿਛੇਤਰ ਲੱਗਜੂ ਤੇ ਨਾਮ ਬਦਲਜੂ ਜੇ ਕਿਸੇ ਅਨਸੈਚੂਰੇਟਿਡ ਹਾਈਡਰੋਕਾਰਬਨ ਦੇ ਵਿੱਚ ਕਾਰਬਨ ਕਾਰਬਨ 'ਚ ਦੂਰਾ ਬੌਂਡ ਯਾਨੀ ਕਿ ਡਬਲ ਬੌਂਡ ਲੱਗਾ ਫਿਰ ਆਪਾਂ ਕੀ ਕਰਨਾ ਉਹਦਾ ਪਿਛੇਤਰ ਇਨ ਦੀ ਜਗ੍ਹਾ ਤੇ ਇਨ ਕਰ ਦੇਣਾ ਜਿੱਦਾਂ ਕਿ ਇਥੀਨ ਪ੍ਰੋਪੀਨ ਬਿਊਟੀਨ ਬਣਜੂ ਤੇ ਜੇ ਤੀਰਾ ਬੌਂਡ ਲੱਗਾ ਟ੍ਰਿਪਲ ਬੌਂਡ ਲੱਗਾ ਕਾਰਬਨ ਕਾਰਬਨ ਚ ਤੇ ਫੇਰ ਅਸੀਂ ਉਹਦੇ ਪਿੱਛੇ ਏਨ ਦੀ ਜਗ੍ਹਾ ਤੇ ਆਇਨ ਕਰ ਦੇਣਾ ਵਿਛੇਤਰ ਯਾਨੀ ਕਿ ਇਥਾਈਨ ਪ੍ਰੋਪਾਈਨ ਬਿਉਟਾਈਨ ਬਣ ਜੂ। ਇਸੇ ਤਰ੍ਹਾਂ ਹੀ ਆਪਾਂ ਇੱਕ ਸੀਰੀਜ਼ ਵੀ ਬਣਾ ਕੇ ਦੇਖ ਲੈਣੀ ਜਿੱਦਾਂ ਦੇਖੋ ਜੇ n 1 ਹੈ ਇੱਕ ਕਹਤਾ ਰੂਟ ਵਰ ਹੁੰਦਾ ਮੈਥ ਤੇ ਜੇ ਅਲਕੀਨ ਹੈ ਫਾਰਮੂਲਾ ਕੀ ਹੁੰਦਾ ਇਹਦਾ ਜਨਰਲ ਫਾਰਮੂਲਾ CnH2n+2 ਠੀਕ ਹੈ। ਪਿਛੇ ਇਤਰ ਕੀ ਲੱਗਣਾ ਏਨ ਲੱਗਣਾ। ਬਾਂਜਣਾ ਮੀਥੇਨ ਆ ਜਿਹੜਾ ਜਨਰਲ ਫਾਰਮੂਲਾ ਇਹਦੇ ਵਿੱਚ ਤੁਸੀਂ ਐਨ ਦੀ ਵੈਲਿਊ 1 ਭਰੋ 1 ਭਰੋਗੇ ਕਿ ਆਜੂਗਾ CH4 ਆਜੂਗਾ ਯਾਨੀ ਕਿ ਮੀਥੇਨ ਦਾ ਫਾਰਮੂਲਾ ਆਜੂਗਾ ਜੇ ਆਪਾਂ n 2 ਲੈਣਾ ਤੇ ਰੂਟਵਰਡ ਹੋ ਜਾਊਗਾ ਇਥੇ ਐਲਕੇਨ ਹੈਗਾ ਪਿੱਛੇ ਇਨ ਲੱਗੂ ਨਾਮ ਬਣ ਜੂ ਇਥੇਨ ਇਸ ਜਨਰਲ ਫਾਰਮੂਲੇ ਦੇ ਵਿੱਚ n ਦੀ ਵੈਲਿਊ 2 ਭਰੋ ਤੁਹਾਡੇ ਕੋਲ ਫਾਰਮੂਲਾ ਆਜੂ C2H6 ਇਸੇ ਤਰ੍ਹਾਂ ਜੇ ਤੁਸੀਂ n 3 ਲੈਂਦੇ ਹੋ ਰੂਟਵਰਡ ਪ੍ਰੋਪ ਹੋ ਜਾਊਗਾ ਪਿੱਛੇ ਇਨ ਲੱਗ ਜੂ ਸਫਿਕਸ ਬਣ ਜੂ ਪ੍ਰੋਪੇਨ ਉਹ ਇਸ ਜਨਰਲ ਫਾਰਮੂਲੇ 'ਚ n 3 ਦੀ ਵੈਲਿਊ ਪੁੱਟ ਕਰੋ ਤੁਹਾਡੇ ਕੋਲ ਆਜੂ C3H8 ਇਸੇ ਤਰ੍ਹਾਂ ਜੇ ਤੁਸੀਂ n 4 ਦੀ ਵੈਲਿਊ ਪੁੱਟ ਕਰਦੇ ਹੋ ਤੁਹਾਡੇ ਕੋਲ ਆਜੂ C4H10 ਯਾਨੀ ਕਿ ਬਿਊਟੇਨ ਆਜੂਗਾ ਹੁਣ ਤੁਸੀਂ ਦੇਖੋ ਵੀ ਇਹਦੇ ਤੇ ਇਹਦੇ ਵਿੱਚ ਫਰਕ ਕੀ ਆ ਮੀਥੇਨ ਤੇ ਇਥੇਨ 'ਚ ਕੀ ਫਰਕ ਆ ਇੱਕ ਕਾਰਬਨ ਵਧਿਆ ਤੇ ਦੋ ਹਾਈਡਰੋਜਨ ਵਧੇ ਦੇਖੋ ਇਸੇ ਤਰ੍ਹਾਂ ਇਥੇਨ ਤੇ ਪ੍ਰੋਪੇਨ 'ਚ ਕੀ ਵਧਿਆ ਇੱਕ ਕਾਰਬਨ ਵਧਿਆ ਤੇ ਦੋ ਹਾਈਦ੍ਰੋਜਨ ਦੇਖੋ C2H6 ਆ ਇਹਦੇ ਵਿੱਚ ਇੱਕ ਕਾਰਬਨ ਜੋੜੋ C3 ਹੋ ਜਾਊਗਾ ਤੇ ਇਹਦੇ ਵਿੱਚ ਦੋ ਹਾਈਡਰੋਜਨ ਜੋੜੋ ਤੇ H8 ਹੋ ਜਾਊਗਾ ਇਸੇ ਤਰ੍ਹਾਂ ਇਹਦੇ ਵਿੱਚ ਇੱਕ ਕਾਰਬਨ ਜੋੜੋ C 4 ਹੋ ਜੂਗਾ ਇਹਦੇ ਵਿੱਚ ਦੋ ਹਾਈਡਰੋਜਨ ਜੋੜੋ ਤੇ H 10 ਹੋ ਜੂਗਾ ਯਾਨੀ ਕਿ ਇੱਕ ਇਹੋ ਜਿਹਾ ਸੀਰੀਜ਼ ਬਣ ਗਿਆ ਜਿਹਦੇ ਵਿੱਚ ਇੱਕ ਤੋਂ ਅਗਲਾ ਜਿਹੜਾ ਮੈਂਬਰ ਹੈਗਾ ਉਹ CH2 ਦੇ ਨਾਲ ਆਂਦਾ ਪਿਆ ਇਹਦੇ ਵਿੱਚ CH2 ਜਮਾ ਕਰਦੇ ਆਂ ਤੇ ਅਗਲਾ ਮੈਂਬਰ ਆਂਦਾ ਇਹਦੇ ਵਿੱਚ CH2 ਜਮਾ ਕਰਦੇ ਅਗਲਾ ਮੈਂਬਰ ਆਂਦਾ ਇਹਦੇ ਵਿੱਚ CH2 ਜਮਾ ਕਰਦੇ ਆਂ ਤੇ ਅਗਲਾ ਮੈਂਬਰ ਆਂਦਾ ਇਸ ਤਰ੍ਹਾਂ ਅਸੀਂ ਇੱਕ ਪੂਰੀ ਸੀਰੀਜ਼ ਜਿਹੜੀ ਆ ਉਹ ਇਹਦੀ ਬਣਾ ਲੈਨੇ ਆ ਜਿੰਨੂੰ ਅਸੀਂ ਹੋਮੋਲੋਗਸ ਸੀਰੀਜ਼ ਕਹਿੰਦੇ ਆਂ ਇਸੇ ਤਰ੍ਹਾਂ ਹੀ ਅਸੀਂ ਐਲਕੀਨ ਤੇ ਐਲਕਾਈਨ ਚ ਵੀ ਬਣਾ ਸਕਦੇ ਆ ਜਿੱਦਾਂ ਸਮਝ ਗਰ ਲੋ ਵੀ ਆਪਣੇ ਕੋਲ n 2 ਹੈ ਤੇ ਰੂਟ ਵਰਡ ਤਾਂ ਇੱਥੇ ਹੀ ਰਹਿਣਾ ਲੇਕਿਨ ਐਲਕੀਨ ਆ ਪਿੱਛੇ ਫਿਰ ਪਛੇਤਰ ਆਜੂ ਇਨ ਠੀਕ ਹੈ ਤੇ ਇਥੀਨ ਬਣ ਜੂ ਜਨਰਲ ਫਾਰਮੂਲਾ ਕੀ ਹੈ CnH2n ਇਹਦੇ ਵਿੱਚ n ਦੀ ਵੈਲਿਊ ਤੁਸੀਂ 2 ਪੁੱਟ ਕਰੋ ਤੁਹਾਡੇ ਕੋਲ ਮੋਲੀਕੂਲਰ ਫਾਰਮੂਲਾ ਆਜੂ C2H4 ਠੀਕ ਹੈ ਇਸੀ ਤਰ੍ਹਾਂ ਹੀ ਹੁਣ ਦੇਖੋ n ਦੀ ਵੈਲਿਊ 3 ਲੈ ਲਓ ਪ੍ਰੋਪ ਇਨ ਪ੍ਰੋਪੀਨ ਬਣ ਗਿਆ ਇਹਦੇ ਵਿੱਚ n ਦੀ ਵੈਲਿਊ 3 ਪੁੱਟ ਕਰੋ C3H6 ਆ ਗਿਆ ਜੇ ਤੁਸੀਂ n ਦੀ ਵੈਲਿਊ 4 ਪੁੱਟ ਕਰਦੇ ਹੋ C4H8 ਆ ਜਾਂਦਾ ਹੁਣ ਤੁਸੀਂ ਇਹਦੇ ਵਿੱਚ ਦੇਖ ਲਓ ਕਿ C2H4 ਇਹਦੇ ਵਿੱਚ CH2 ਐਡ ਕੀਤਾ ਤੇ ਕੀ ਬਣ ਗਿਆ C3H6 ਬਣ ਗਿਆ ਇਹਦੇ ਵਿੱਚ CH2 ਐਡ ਕੀਤਾ ਤੇ C4H8 ਬਣ ਗਿਆ ਇਹ ਅਲਕੀਨ ਦਾ ਹੋਮੋਲੋਗਸ ਸੀਰੀਜ਼ ਬਣ ਗਿਆ ਇਸੇ ਤਰ੍ਹਾਂ ਅਲਕਾਇਨ ਦੀ ਵੀ ਗੱਲ ਕਰ ਲੈਣੇ ਆ ਜੇ ਇਹਦੇ ਵਿੱਚ n, estarpla, lenye, n 2 ਹੈ ਤੇ ਰੂਟਵਰਡ ਤਾਂ ਇੱਥੇ ਰਹਿਣਾ ਪਿੱਛੇ ਸਫਿਕਸ ਯਾਨੀ ਕਿ ਚੇਤਰ ਆ ਜਾਣਾ ਆਇਨ ਬਣ ਗਿਆ ਇਥਾਇਨ ਜਨਰਲ ਫਾਰਮੂਲਾ ਹੁੰਦਾ ਸੀ CNH2N-2 ਇਹਦੇ ਵਿੱਚ ਤੁਸੀਂ N ਦੀ ਵੈਲਿਊ 2 ਭਰੋ ਆ ਜਾਊਗਾ ਫਾਰਮੂਲਾ C2H2 ਜੇ ਤੁਹਾਡੇ ਕੋਲ N 3 ਹੈ ਤਾਂ ਪ੍ਰੋਪਲਸ ਆਇਨ ਪ੍ਰੋਪਾਈਨ ਬਣ ਜਾਓ ਇਹਦੇ ਵਿੱਚ N ਦੀ ਵੈਲਿਊ 3 ਪੁੱਟ ਕਰੋ ਆਜੋ C3H4 ਇਸੇ ਤਰ੍ਹਾਂ ਹੀ ਜੇ ਤੁਸੀਂ ਇਹਦੇ ਵਿੱਚ ਵੈਲਿਊ 4 ਪੁੱਟ ਕਰਦੇ ਹੋ N ਦੀ ਤੁਹਾਡੇ ਕੋਲ ਆਜੋ ਬਟਾਈਨ ਦਾ ਫਾਰਮੂਲਾ ਯਾਨੀ ਕਿ C4H6 ਇਹਦੇ ਵਿੱਚ ਵੀ ਧਿਆਨ ਨਾਲ ਦੇਖੋ ਫਰਕ ਕੀ ਪੈਂਦਾ ਪਿਆ ਵੀ ਪਹਿਲੇ ਤੋਂ ਦੂਜਾ ਤੇ ਦੂਜੇ ਤੋਂ ਤੀਜਾ ਜਿਹੜਾ ਯੋਗਿਕ ਬਣਦਾ ਪਿਆ ਇਹਦੇ ਵਿੱਚ ਇੱਕ ਕਾਰਬਨ ਤੇ ਦੋ ਹਾਈਡਰੋਜਨ ਦਾ ਵਾਧਾ ਹੁੰਦਾ ਪਿਆ ਇਹਦੇ 'ਚ ਇੱਕ ਕਾਰਬਨ ਦੋ ਹਾਈਡਰੋਜਨ ਵਧਾਓ ਪ੍ਰੋਪਾਈਨ ਬਣਦਾ ਇਹਦੇ 'ਚ ਇੱਕ ਕਾਰਬਨ ਦੋ ਹਾਈਡਰੋਜਨ ਵਧਾਓ ਬੁਟਾਈਨ ਬਣਦਾ ਇਦਾਂ ਹੀ ਪੈਂਟਾਈਨ ਹੈਕਸਾਈਨ ਚੱਲੂਗਾ ਇਹ ਬਣਜੂ ਹਮੋਲੋਗਸ ਸੀਰੀਜ਼ ਆਫ ਐਲਕਾਈਨਸ ਸੋ ਹਮੋਲੋਗਸ ਸੀਰੀਜ਼ ਫਿਰ ਹੁੰਦੀ ਕੀ ਨੇ ਇਹ ਇਹੋ ਜੇ ਸੀਰੀਜ਼ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਸੇਮ ਫੰਕਸ਼ਨਲ ਗਰੁੱਪ ਲੱਗੇ ਹੋਣ ਤੇ ਇਹਨਾਂ ਦੀਆਂ ਜੜੀਆਂ ਹੁੰਦੀਆਂ ਪ੍ਰੋਪਰਟੀ ਉਹ ਰੱਲੀਆਂ ਮਿਲਦੀਆਂ ਹੋਣ ਫਰਕ ਕਿੰਨਾ ਪੈਂਦਾ ਪਿਆ CH2 ਦਾ ਯਾਨੀ ਕਿ ਇੱਕ ਕਾਰਬਨ ਤੇ ਦੋ ਹਾਈਡਰੋਜਨ ਇਹਦਾ ਹੀ ਫਰਕ ਪੈਂਦਾ ਇਹਦਾ ਵਾਧਾ ਕਰੀ ਜਾਓ ਤੇ ਅਗਲਾ ਮੈਂਬਰ ਆਈ ਜਾਊਗਾ ਔਰ ਇੱਕ ਸੇਮ ਜਨਰਲ ਫਾਰਮੂਲਾ ਹੁੰਦਾ ਜਿੱਦਾਂ ਅਸੀਂ ਹੁਣੇ ਕੀਤਾ ਅਲਕੀਨ ਅਲਕੀਨ ਲਗਾ因 ਜਨਰਲ ਫਾਰਮੂਲਾ ਸੇਮ ਰਹਿਣਾ ਤੇ ਕੈਮੀਕਲ ਪ੍ਰੋਪਰਟੀਆਂ ਜਿਹੜੀਆਂ ਨੇ ਰਲਦੀਆਂ ਮਿਲਦੀਆਂ ਹੋਣਗੀਆਂ ਹਾਲਾਂਕਿ ਜਿੱਦਾਂ ਜਿੱਦਾਂ ਇਹਨਾਂ ਦਾ ਮੋਲੀਕੂਲਰ ਮਾਸ ਵਧੂਗਾ ਥੋੜਾ ਜਾਂ ਇਹਨਾਂ ਦਾ ਮੈਲਟਿੰਗ ਪੁਆਇੰਟ ਤੇ ਬੋਇਲਿੰਗ ਪੁਆਇੰਟ ਦਾ ਜਿਹੜਾ ਵਾਧਾ ਹੋ ਸਕਦਾ ਆਪਾਂ ਇੱਕ ਫੰਕਸ਼ਨਲ ਗਰੁੱਪ ਦੇ ਨਾਲ ਹੋਮੋਲੋਗ ਸီးਰੀਜ਼ ਦੀ ਐਗਜ਼ਾਮਪਲ ਵੀ ਕਰ ਲੈਨੇ ਆ ਜਿੱਦਾਂ ਕਿ ਅਲਕੋਹਲ ਦੀ ਗੱਲ ਕਰਦੇ ਆ ਕਾਰਬਨ ਦੇ ਉਹ ਯੋਗਿਕ ਜਿਨ੍ਹਾਂ ਦੇ ਨਾਲ ਅਲਕੋਹਲ ਲੱਗਾ ਹੋਵੇ ਉਹਨਾਂ ਦਾ ਜਨਰਲ ਫਾਰਮ ਥੀਨ ਹੋਣਾ ਉਹਨੇ ਕੀ ਕਰਾਂਗੇ ਇਹਦਾ ਈ ਜਿਹੜਾ ਇੱਥੋਂ ਡ੍ਰੌਪ ਕਰ ਦਾਂਗੇ ਮੀਥੈਨ ਬਣ ਜੂ ਕਿੱਛੇ ਸਫਿਕਸ ਕੀ ਲੱਗਣਾ ਆਲ ਕਿਉਂਕਿ ਐਲਕੋਹਲ ਚ ਆਪਣੇ ਕੋਲ ਕਿਛੇਤਰ ਹੁੰਦਾ ਆਲ ਬਣ ਜੂ ਮੀਥੈਨੋਲ ਇਸ ਜਨਰਲ ਫਾਰਮੂਲੇ ਦੇ ਵਿੱਚ n 1 ਦੀ ਵੈਲਿਊ ਪੁੱਟ ਕਰੋ ਤੁਹਾਡੇ ਕੋਲ ਕੀ ਫਾਰਮੂਲਾ ਆਊਗਾ CH3OH ਆਊਗਾ ਠੀਕ ਹੈ ਇਹ ਮੋਲੀਕੂਲਰ ਫਾਰਮੂਲਾ ਹੋ ਗਿਆ ਮੀਥੈਨੋਲ ਦਾ ਇਸੇ ਤਰ੍ਹਾਂ ਜੇ n 2 ਅਤੇ ਇਥੈਨੋਲ ਹੋ ਜੂਗਾ। ਇਹਦੀ ਵੈਲਿਊ ਇੱਥੇ ਪੁੱਟ ਕਰੋਗੇ ਤੇ ਫਾਰਮੂਲਾ ਆਜੂ C2H5OH। ਐਂਡ ਦੀ ਵੈਲਿਊ 3 ਭਰੋਗੇ ਪ੍ਰੋਪੈਨੋਲ ਤੇ ਇਹਦੇ ਵਿੱਚ ਜਦੋਂ ਭਰੋਗੇ ਤੇ ਆਜੂ ਫਾਰਮੂਲਾ C3H7OH। ਇਸੇ ਤਰ੍ਹਾਂ ਹੀ n 4 ਬਿਊਟੈਨੋਲ ਤੇ ਇਹਦੇ ਵਿੱਚ ਫਾਰਮੂਲੇ ਦੇ ਵਿੱਚ n 4 ਭਰੋ ਤੇ ਆਜੂ C4H9OH। ਹੁਣ ਇਹਦੇ ਵਿੱਚ ਵੀ ਤੁਸੀਂ ਦੇਖ ਲਓ ਵੀ ਫਰਕ ਕੀ ਪੈਂਦਾ ਪਿਆ। ਮੀਥਾਨੋਲ ਦੇ ਵਿੱਚ ਤੁਸੀਂ CH2 ਐਡ ਕੀਤਾ ਤੇ ਤੁਹਾਡੇ ਕੋਲ ਇਥੈਨੋਲ ਦਾ ਫਾਰਮੂਲਾ ਆ ਗਿਆ। ਇਹਦੇ ਵਿੱਚ CH2 ਐਡ ਕੀਤਾ ਤੇ پروਪੀਨੋਲ ਦਾ ਫਾਰਮੂਲਾ ਆ ਗਿਆ ਇਹਦੇ ਚ CH2 ਐਡ ਕੀਤਾ ਤੇ ਬਿਊਟੀਨੋਲ ਦਾ ਫਾਰਮੂਲਾ ਆ ਗਿਆ ਸੋ ਇਸੇ ਤਰ੍ਹਾਂ ਹਮੋਲੋਗਸ ਸੀਰੀਜ਼ ਆਫ ਅਲਕੋਹਲ ਬਣ ਗਿਆ ਸੋ ਹਮੋਲੋਗਸ ਸੀਰੀਜ਼ ਜਿਹੜੀਆਂ ਨੇ ਅਲੱਗ-ਅਲੱਗ ਹੁੰਦੀਆਂ ਨੇ ਤੇ ਇਹ ਕਿਹੜੀਆਂ-ਕਿਹੜੀਆਂ ਸੀਰੀਜ਼ ਆਪਾਂ ਬਣਾ ਲੀਆਂ ਨੇ ਅਲਕੀਨ ਦੀ ਵੀ ਆਪਾਂ ਬਣਾ ਕੇ ਦੇਖ ਲਈ ਅਲਕੀਨ ਦੀ ਬਣਾ ਕੇ ਦੇਖ ਲਈ ਅਲਕਾਇਨ ਦੀ ਵੀ ਬਣਾ ਕੇ ਦੇਖ ਲਈ ਤੇ ਐਲਕੋਹਲ ਦੀ ਵੀ ਬਣਾ ਕੇ ਦੇਖ ਲਈ ਜਨਰਲ ਫਾਰਮੂਲਾ ਇਹਨਾਂ ਸਾਰਿਆਂ ਦਾ ਸੇਮ ਹੀ ਰਹਿੰਦਾ ਆਪਣਾ ਆਪਣਾ ਅਲਕੀਨ ਦਾ ਜਨਰਲ ਫਾਰਮੂਲਾ ਸੀ CNH2n+2 ਅਲਕੀਨ ਦਾ ਜਨਰਲ ਫਾਰਮੂਲਾ ਸੀ CNH2n ਅਲਕਾਇਨ ਦਾ ਸੀ CNH2n-2 ਐਲਕੋਹਲ ਦਾ CNH2n+1OH ਇਸੇ ਤਰ੍ਹਾਂ ਹੀ ਤੁਹਾਡਾ ਹੋਮਵਰਕ ਆ ਵੀ ਤੁਸੀਂ ਕਾਰਬੋਕਸਿਕ ਐਸਿਡ ਦੀ ਵੀ ਇੱਕ ਜਿਹੜੀ ਆ ਹੋਮੋਲੋਗਸ ਸੀਰੀਜ਼ ਬਣਾ ਕੇ ਦੇਖੋ ਇਹਦਾ ਜਨਰਲ ਫਾਰਮੂਲਾ ਕੀ ਹੁੰਦਾ CNH2n+1COOH ਸੋ ਇਹਦੇ ਨਾਲ ਹੀ ਕਾਰਬਨ ਅਤੇ ਯੋਗਿਕ ਚੈਪਟਰ ਦਾ ਭਾਗ ਤੀਜਾ ਹੋ ਗਿਆ ਕੰਪਲੀਟ ਜੇ ਤੁਸੀਂ ਅਜੇ ਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਕਰ ਲੋ ਕਿਉਂਕਿ ਤੁਹਾਨੂੰ ਬਹੁਤ ਅੱਛੀਆਂ-ਅੱਛੀਆਂ ਵੀਡੀਓਜ਼ ਜਿਹੜੀਆਂ ਨੇ ਇਸ ਚੈਨਲ ਤੋਂ ਪ੍ਰਾਪਤ ਹੋਣਗੀਆਂ ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਥੈਂਕ ਯੂ so much